ਦੀ ਕੁਰਬਾਨੀ ਕੀਤੀ ਹੈ। ਸੋ ਅੱਜ ਵੀ ਹਾਲਾਤ ਉਸੇ ਨੇ, ਪੰਜਾਬ ਦੇ ਵਿੱਚ ਤਿੰਨ ਧਿਰਾਂ ਚੱਲਦੀਆਂ ਨੇ ਪੰਜਾਬ ਦੇ ਵਿੱਚ। ਇੱਕ ਕਾਂਗਰਸ ਪਾਰਟੀ ਹੈ, ਇਹ ਜ਼ਾਲਮ ਪਾਰਟੀ ਹੈ ਜਿਹਨੇ ਸਾਡਾ ਪੁਰਾਣਾ ਤੋਂ ਪਿਆਰਾ ਕਾਲ ਤਖ਼ਤ ਢਾ ਦਿੱਤਾ, ਸਾਡੀਆਂ ਧੀਆਂ ਭੈਣਾਂ ਦੀਆਂ ਬੇਪਤੀਆਂ ਕਰ ਦਿੱਤੀਆਂ, 2500 ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ, ਉਸਦੀ ਜੁੰਡਲੀ ਜੀ ਦੇ ਖਿਡਾਰਿਆਂ ਤੇ, ਵਾਜਪੇਈ ਤੇ ਮੋਦੀ ਦੇ ਖਿਡਾਰਿਆਂ ਤੇ, ਆਰ ਐਸ ਦੇ ਖਿਡਾਰਿਆਂ ਤੇ ਪ੍ਰਕਾਸ਼ ਸਿੰਘ ਬਾਦਲ ਚੜਿਆ ਹੋਇਆ ਹੈ, ਜਿਨ੍ਹਾਂ ਨੇ ਉਸ ਵੇਲੇ 1984 ਦੇ ਵਿੱਚ ਇਸ ਦਰਬਾਰ ਸਾਹਿਬ ਦੇ ਹਮਲੇ ਦੇ ਉੱਤੇ ਮੋਹਰ ਲਾ ਕੇ ਸਿੱਖ ਕੌਮ ਨੂੰ ਚੜਾਉਣ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ। ਸੋ ਉਹ ਦੂਜੀ ਪਾਰਟੀ ਹੈ। ਤੀਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਜਿਸ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਆਹ ਕਾਲ ਤਖ਼ਤ ਦੀ ਆਮ ਤੇ ਸ਼ਾਨ ਦੇ ਲਈ ਡੀ ਆਈ ਜੀ ਦਾ ਅਹੁਦਾ ਛੱਡ ਕੇ 5 ਸਾਲ ਪਾਗਲਪੁਰ ਦੀ ਜੇਲ੍ਹ ਦੇ ਵਿੱਚ ਲੈ ਕੇ ਅੱਜ ਕੌਮ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਨੇ। ਇੱਕ ਪਾਸੇ ਉਹ ਪਾਰਟੀ ਹੈ ਜਿਸ ਨੇ ਤੁਹਾਡੇ ਪੁਰਾਣੇ ਤੋਂ ਪਿਆਰਾ